ਜੀ ਅਸਲਾਮ ਵਾਲੇਕੁਮ ਵਰਹਿਮਤੁਲਾ ਵਬਰਕਾਤ। ਇਹ ਨਾਰੇ ਜੀ 5 ਲੱਖ ਰੁਪਏ ਦਾ ਪਰਚੇਜ਼ ਕੀਤਾ ਵੇ, ਇਹ ਅਹਿਮਦ ਭਾਈ ਨੇ। ਅਹਿਮਦ ਭਾਈ ਕਿੰਨੇ ਦਾ ਸੇਲ ਕੀਤਾ ਜੀ? 5 ਲੱਖ ਰੁਪਏ ਦਾ। ਇਹ ਅਬੂ ਮੁਹੰਮਦ ਜੀ ਨੇ ਪਰਚੇਜ਼ ਕੀਤਾ, ਕੁਵੈਤ ਤੋਂ ਆਇਆ ਵੇ। ਅੱਜ ਚੌਥਾ ਦਿਨ ਨੇ ਸਾਡੀ ਅਹਿਮਦ ਭਾਈ ਨਾਲ ਡੀਲ ਚੱਲ ਰਹੀ ਸੀ, ਟੁੱਟ ਜਾਂਦੀ ਸੀ, ਇਹ ਮੰਨਦੇ ਨਹੀਂ ਸਨ। ਅੱਜ ਅਸੀਂ ਪਰਚੇਜ਼ ਕਰ ਲਿਆ, ਅੱਜ ਡੀਲ ਹੋ ਗਈ ਹੈ। ਇਹ ਨਾਰੇ, ਇਹਦੇ ਪਿੱਛੇ ਮਾਦੀ ਬੈਠੀ ਹੈ ਜਿਹੜੀ, ਇਹ ਮਾਦੀ ਅਹਿਮਦ ਭਾਈ ਨੇ ਗਿਫਟ ਕੀਤੀ ਹੈ ਅਬੂ ਮੁਹੰਮਦ ਨਾਲ। ਨਰ ਦਾ 5 ਲੱਖ ਰੁਪਇਆ ਮੁੱਲ ਲੱਗਾ ਵੇ ਜਿਹੜਾ ਅਸੀਂ ਪਰਚੇਜ਼ ਕੀਤਾ, ਅਤੇ ਮਾਦੀ ਅਹਿਮਦ ਭਾਈ ਨੇ ਆਪਣੀ ਤਰਫੋਂ ਖੁਸ਼ ਹੋ ਕੇ ਗਿਫਟ ਕੀਤੀ ਹੈ ਕਿ ਬੰਦਾ ਸ਼ੌਕੀਨ ਹੈ। ਇੰਨੀ ਅਮਾਊਂਟ ਇਹਨੇ ਭਰੀ, ਉਹ ਸੇਲ ਨਹੀਂ ਹਨ ਕਰਦੇ। ਅੱਜ ਚੌਥਾ ਦਿਨ ਸੀ ਸਾਡੀ, ਅੱਜ ਡੀਲ ਹੋ ਗਈ ਹੈ। ਤੁਸੀਂ ਵੀ ਸ਼ੌਕ ਕਰੋ ਅਤੇ ਵੇਖੋ ਜੋੜਾ ਕੈਸਾ ਹੈ। ਅਹਿਮਦ ਭਾਈ ਦੀ ਫੇਸਬੁੱਕ 'ਤੇ ਇਸ ਕਬੂਤਰ ਦੀਆਂ ਤਸਵੀਰਾਂ ਲੱਗੀਆਂ ਨੇ। ਮੈਂ ਅੱਗੇ 2 ਵਾਰੀ ਆਇਆ ਅਤੇ ਸ਼ੌਕ ਨਹੀਂ ਕੀਤਾ, ਸ਼ੌਕ ਆ ਕੇ ਜਦੋਂ ਕੀਤਾ ਤੀਸਰੇ ਦਿਨ 'ਤੇ ਅਲਹਮਦੁਲਿਲਾ ਬੜਾ ਮਜ਼ਾ ਆਇਆ ਵੇ। ਇਹ ਕਬੂਤਰ ਜੇ ਮਾਸ਼ਾਅੱਲਾ ਅਹਿਮਦ ਭਾਈ ਨੇ ਬੜਾ ਵਰਕ ਕੀਤੇ ਆ ਵੇ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਸਲਾਮ ਅਲੈਕੁਮ। ਮੈਂ ਅਲੀ ਭੱਟ ਔਰ ਇਹ ਮੋਕਮ ਭਾਈ, ਇਨਸੇ ਮੈਨੇ ਇੱਕ ਜੋੜਾ ਪਰਚੇਜ਼ ਕੀਆ ਆਪਣੀ ਜ਼ਾਤ ਕੇ ਲੀਏ। ਬਾਕੀ ਕਬੂਤਰ 5 ਜੋੜੇ ਪਰਚੇਜ਼ ਕੀਏ, 4 ਜੋੜੇ ਪਰਚੇਜ਼ ਕੀਏ ਅਬੂ ਮੁਹੰਮਦ ਕੁਵੈਤੀ ਨੇ, ਇੱਕ ਜੋੜਾ ਮੈਨੇ ਆਪਣੀ ਮਰਜ਼ੀ ਸੇ ਪਰਚੇਜ਼ ਕੀਆ। ਕੀਮਤ ਮੋਕਮ ਭਾਈ ਖੁਦ ਬਤਾਏਗੇ, ਉਨਕਾ ਬੜਾ ਜੋੜਾ ਹੈ ਜਾਦੂਗਰ ਟੈਡੀ ਜੀ। ਮੋਕਮ ਭਾਈ ਜੋ ਬੜਾ ਜੋੜਾ ਪਰਚੇਜ਼ ਕੀਆ ਮੈਨੇ, ਪ੍ਰਾਈਜ਼ ਜ਼ਰਾ ਬਤਾਈਏਗਾ ਜੀ। 2 ਲੱਖ ਰੁਪਏ। 2 ਲੱਖ ਦਾ ਬੜਾ ਜੋੜਾ ਪਰਚੇਜ਼ ਕੀਆ ਜਾਦੂਗਰ ਟੈਡੀ। ਇਸ ਬੰਦੇ ਨੇ 4 ਜੋੜੇ ਪਰਚੇਜ਼ ਕੀਏ, 2 ਅਲਮਾਰੀ ਵਾਲੇ ਔਰ 2 ਡੱਬ ਵਾਲੇ, ਉਨਕੀ ਪ੍ਰਾਈਜ਼ ਬਤਾਈਏਗਾ। 6 ਲੱਖ ਰੁਪਏ। ਮੁਹੰਮਦ ਨੇ ਅਬੂ ਮੁਹੰਮਦ ਕੁਵੈਤੀ ਨੇ ਔਰ ਇਹ ਇਬਰਾਹਿਮ ਕੁਵੈਤੀ, ਉਸਤਾਦ ਇਬਰਾਹਿਮ, ਉਸਤਾਦ ਇਬਰਾਹਿਮ ਇਹਨਾਂ ਨੇ ਕੁਛ ਦੇਰ ਪਹਿਲੇ, ਤਕਰੀਬਨ 3 ਦਿਨ ਪਹਿਲੇ ਉਸਤਾਦੀ ਪੱਗ ਲਈ ਹੈ। ਉਸਤਾਦੀ ਪੱਗ ਲਈ ਹੈ ਉਸਤਾਦ ਬਖੀਤ ਸੇ, ਜੋ ਦੁਬਈ ਸੇ ਆਏ ਹੋਏ ਥੇ, ਉਹਨਾਂ ਨੇ ਉਸਤਾਦੀ ਪੱਗ ਦੀ ਹੈ ਔਰ ਹਮਨੇ ਕਬੂਤਰ ਪਰਚੇਜ਼ ਕੀਆ ਮੋਕਮ ਭਾਈ ਸੇ, ਜਿਨਮੇ ਇੱਕ ਜੋੜਾ ਜਾਦੂਗਰ ਟੈਡੀ ਜੋ ਮੈਨੇ ਪਰਚੇਜ਼ ਕੀਆ 2 ਲੱਖ ਰੁਪਏ ਦਾ ਔਰ ਅਬੂ ਮੁਹੰਮਦ ਨੇ 6 ਜੋੜੇ ਲਈ ਹੈ ਪਰ ਜੋੜਾ 1 ਲੱਖ ਰੁਪਇਆ। ਸਲਾਮ ਅਲੈਕੁਮ।